ਦੇ ਵਿੱਚ 7 ਸੀਟਾਂ ਹੈ ਤੇ 7 ਦੀਆਂ 7 ਸੀਟਾਂ ਬੀਜੇਪੀ ਜਿੱਤਦੀ ਆ ਰਹੀ ਹੈ, 14 ਚ ਵੀ ਜਿੱਤੀਆਂ ਉਹਨਾਂ ਨੇ ਤੇ ਉਹਨਾਂ ਨੇ 19 ਚ ਵੀ ਜਿੱਤੀਆਂ। ਪਰ ਅੱਜ ਦੀ ਘੜੀ ਆਪਾਂ ਦੇਖੀਏ, ਅੱਜ ਦੀ ਘੜੀ ਜੇ ਕਾਂਗਰਸ ਦਾ ਤੇ ਆਪ ਦਾ ਉੱਥੇ ਸਮਝੌਤਾ ਹੋ ਜਾਂਦਾ ਤਾਂ ਫਿਰ 7 ਨਹੀਂ ਆਉਂਦੀਆਂ, ਉਹਦੇ ਵਿੱਚੋਂ ਸੀਟਾਂ ਘਟਣਗੀਆਂ। ਇਹੀ ਕਾਰਨ ਹੈ ਕਿ ਇਹ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਕਿ ਇੰਡੀਆ ਬਲਾਕ ਨੂੰ ਤੋੜਿਆ ਜਾਵੇ, ਜਿੰਨੇ ਕੁ ਬੰਦੇ ਆਪਾਂ ਤੋੜ ਸਕਦੇ ਉਹਨਾਂ ਸਾਨੂੰ ਫਾਇਦਾ ਹੋਊਗਾ, ਇਹ ਮੰਨ ਕੇ ਚੱਲ ਰਹੇ ਆ ਉੱਥੇ। ਔਰ ਇਹਦੇ ਵਾਸਤੇ ਉਹਨਾਂ ਨੇ ਕੋਈ ਜਿਹੜੀ ਹੈ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਨੀ ਨਹੀਂ ਛੱਡੀ। ਨਾਨੇਵਾਲੀਆ ਸਾਹਿਬ, ਇਹ ਲੱਗਦਾ ਕਿ ਮੁਲਕ ਦੇ ਵਿੱਚ ਇਸ ਵੇਲੇ ਇੱਕ ਅਣਐਲਾਨੀ ਐਮਰਜੈਂਸੀ ਹੈ। ਜੀ, ਇਹ ਅਣਐਲਾਨੀ ਐਮਰਜੈਂਸੀ ਹੈ ਜਿਹੜੀ, ਇਹਦੇ ਉੱਤੇ ਜਿਹੜਾ ਕਮਜ਼ੋਰ ਕੀਤਾ ਗਿਆ ਹੈ ਵਿਰੋਧੀ ਧਿਰਾਂ ਨੂੰ, ਉਹ ਵੀ ਇੱਕ ਜਿਹੜਾ ਬੜਾ ਖਤਰਨਾਕ ਹੈ ਭਾਰਤ ਦੇ ਲਈ, ਡੈਮੋਕ੍ਰੇਸੀ ਦੇ ਲਈ, ਭਾਰਤ ਲਈ ਨਹੀਂ ਡੈਮੋਕ੍ਰੇਸੀ ਲਈ ਖਤਰਨਾਕ ਹੈ। ਜੇ ਤੁਹਾਡੀ ਆਪੋਜੀਸ਼ਨ ਨਾ ਹੋਵੇ ਤਾਂ ਸਰਕਾਰ ਦੇ ਉੱਤੇ ਕਿਸੇ ਦਾ ਕੋਈ ਕੁੰਡਾ ਨਹੀਂ ਹੁੰਦਾ। ਆਪੋਜੀਸ਼ਨ ਦੀ ਭੂਮਿਕਾ ਇਹ ਹੁੰਦੀ ਹੈ ਕਿ ਉਹਨੇ ਉਸਾਰੂ ਨੁਕਤਾਚੀਨੀ ਕਰਨੀ ਹੁੰਦੀ ਹੈ, ਪਰ ਅਫਸੋਸ ਸਾਡੇ ਤਾਂ ਇਸ ਵੇਲੇ ਮੈਨੂੰ ਵੀ ਨਹੀਂ ਹੋਣ ਲੱਗ ਗਏ। ਆਮ ਤੌਰ 'ਤੇ ਆਪਾਂ ਪੱਛਮੀ ਦੇਸ਼ਾਂ 'ਚ ਦੇਖੀਏ, ਵਿਕਸਿਤ ਦੇਸ਼ਾਂ ਦੇ ਵਿੱਚ ਦੇਖੀਏ, ਉੱਥੋਂ ਦੀ ਆਪੋਜੀਸ਼ਨ ਜਿਹੜੀ ਹੈਗੀ ਹੈ ਉਹ ਸਰਕਾਰ ਨੂੰ ਸਹਿਯੋਗ ਵੀ ਦਿੰਦੀ ਹੈ, ਸਰਕਾਰ ਦੀ ਖਿਚਾਈ ਵੀ ਕਰਦੀ ਹੈ। ਇਸ ਲਈ ਸਰਕਾਰ ਨੂੰ ਲੀਹ 'ਤੇ ਰੱਖਣ ਲਈ ਇਹ ਜ਼ਰੂਰੀ ਹੈ। ਔਰ ਦਾਨੇ ਵਾਲੀਆ ਸਾਹਿਬ, ਇਤਿਹਾਸ 'ਤੇ ਇਸ ਗੱਲ ਦਾ ਗਵਾਹ ਹੈ ਕਿ ਜਦੋਂ ਮੁਲਕ ਆਜ਼ਾਦ ਹੋਇਆ, ਆਜ਼ਾਦ ਹੋਣ ਤੋਂ ਬਾਅਦ ਜਿਹੜੀਆਂ ਸਰਕਾਰਾਂ ਬਣੀਆਂ, ਪਹਿਲੀਆਂ ਸਰਕਾਰਾਂ, ਉਹਨਾਂ ਸਰਕਾਰਾਂ ਦਾ ਮੇਰਾ ਖਿਆਲ ਹੈ ਵੀ 1964 ਤੱਕ ਮੁੱਖ ਪ੍ਰਧਾਨ ਮੰਤਰੀ ਰਹੇ ਹੈ ਪੰਡਿਤ ਜਵਾਹਰ ਲਾਲ ਨਹਿਰੂ। ਅਤੇ ਪੰਡਿਤ ਨਹਿਰੂ ਜਦੋਂ ਕੋਈ ਆਪੋਜੀਸ਼ਨ ਦੇ ਵੱਡੇ ਲੀਡਰ ਬੋਲਦੇ ਹੁੰਦੇ ਸੀ ਤਾਂ ਉਹ ਆਪ ਪਾਰਲੀਮੈਂਟ ਦੇ ਵਿੱਚ ਬਹਿੰਦੇ ਹੁੰਦੇ ਸੀ ਕਿ ਆਪੋਜੀਸ਼ਨ ਸਾਡੇ ਬਾਰੇ ਕੀ ਕਹਿੰਦੀ ਹੈ। ਔਰ ਅਟਲ ਬਿਹਾਰੀ ਵਾਜਪਾਈ ਨੇ ਜਦੋਂ ਪਹਿਲੀ ਤਕਰੀਰ ਕੀਤੀ ਸੀ ਪਾਰਲੀਮੈਂਟ ਦੇ ਵਿੱਚ, ਪੰਡਿਤ ਜਵਾਹਰ ਲਾਲ ਨਹਿਰੂ ਨੇ ਉਹਨੂੰ ਸੁਣਿਆ ਵੀ, ਉਹਦੀ ਤਾਰੀਫ ਵੀ ਕੀਤੀ ਅਤੇ ਪ੍ਰਿਡਿਕਸ਼ਨ ਕਰਤੀ ਸੀ ਕਿ ਇਹ ਬੰਦਾ ਕਿਸੇ ਦਿਨ ਦੇਸ਼ ਦਾ ਪ੍ਰਧਾਨ ਮੰਤਰੀ ਬਣੂਗਾ। ਔਰ ਉਹ ਸਾਬਤ ਹੋਈ। ਆਪਾਂ ਆਚਾਰੀਆ ਕ੍ਰਿਪਲਾਨੀ ਵਰਗੇ ਬੰਦੇ ਦੇਖੇ ਹੈ, ਬਹੁਤ ਵੱਡੇ ਵੱਡੇ ਬੰਦੇ, ਨਬੁੰਦਰੀ ਪਾਦ ਵਰਗੇ ਬੰਦੇ ਬੈਠੇ ਹੈ, ਇਹਨਾਂ ਸਾਰੇ ਬੰਦਿਆਂ ਨੂੰ ਜਿਹੜੇ ਹੈਗੇ ਆ ਉਸ ਵੇਲੇ ਦੇ ਲੀਡਰ ਸੁਣਦੇ ਹੁੰਦੇ ਸੀ, ਪਰ ਅੱਜ ਦੇ ਲੀਡਰ ਨਹੀਂ ਸੁਣਦੇ। ਸੋ ਡੈਮੋਕ੍ਰੇਸੀ ਦੇ ਲਈ ਮਜ਼ਬੂਤ ਆਪੋਜੀਸ਼ਨ ਦਾ ਹੋਣਾ ਬਹੁਤ ਜ਼ਰੂਰੀ ਹੈ। ਜਦੋਂ ਆਪੋਜੀਸ਼ਨ ਮਜ਼ਬੂਤ ਨਹੀਂ ਹੁੰਦੀ ਤਾਂ ਫਿਰ ਤਕੜੇ ਦਾ 7 ਵੀ ਹਿੱਸਾ ਹੋਇਆ ਜਿਹੜਾ ਉਹੀ ਕੁਛ ਹੁੰਦਾ ਹੈ। ਜੀ, ਆਪੋਜੀਸ਼ਨ ਦੀ ਤਾਂ ਕੀ ਸੁਣਨੀ ਹੈ ਜੀ, ਹੁਣ ਤਾਂ ਮੀਡੀਆ ਜਿਹੜਾ ਉਹਦੀ ਖਬਰ ਵੀ ਨਹੀਂ ਸੁਣ ਕੇ ਰਹਾ ਜੀ ਆਪਦੇ ਖਿਲਾਫ਼। ਨਹੀਂ, ਮੀਡੀਆ ਦੀ ਤਾਂ ਤੁਸੀਂ ਗੱਲ ਸੁਣੋ, ਤੁਸੀਂ ਲੀਡਰਾਂ 'ਤੇ ਚੈੱਕ ਕਰੋ, ਨਿਗਾਹ ਮਾਰੋ। ਲਾਲ ਕ੍ਰਿਸ਼ਨ ਅਡਵਾਨੀ ਉਹ ਵਿਅਕਤੀ ਹੈ ਜਿਸ ਵਿਅਕਤੀ ਦੀ ਬਦੌਲਤ ਨਰਿੰਦਰ ਮੋਦੀ ਸਾਹਿਬ ਪੋਲੀਟਿਕਸ ਦੇ ਵਿੱਚ ਸਰਵਾਈਵ ਕਰ ਗਏ ਸੀ। 2002 ਦੇ ਜਿਹੜੇ ਮੁਸਲਿਮ ਵਿਰੋਧੀ ਦੰਗੇ ਹੋਏ ਸੀ, ਉਹਨਾਂ ਦੰਗਿਆਂ ਤੋਂ ਬਾਅਦ ਜਿਹੜੇ ਪ੍ਰਧਾਨ ਮੰਤਰੀ ਸਾਹਿਬ ਸੀ ਅਟਲ ਬਿਹਾਰੀ ਵਾਜਪਾਈ, ਉਹਨਾਂ ਨੇ ਮਨ ਬਣਾ ਲਿਆ ਸੀ ਕਿ ਨਰਿੰਦਰ ਮੋਦੀ ਨੂੰ ਹਟਾ ਕੇ ਮੁੱਖ ਮੰਤਰੀ ਕਿਸੇ ਨੂੰ ਹੋਰ ਬਣਾ ਦਿੱਤਾ ਜਾਵੇ। ਪਰ ਨਰਿੰਦਰ ਮੋਦੀ ਦੇ ਹੱਕ ਵਿੱਚ ਕੌਣ ਨਿਤਰਿਆ ਸੀ? ਉਹ ਨਿਤਰਿਆ ਸੀ ਅਡਵਾਨੀ। ਉਹਨੇ ਕਿਹਾ ਸੀ ਜੀ ਇਹ ਕੰਮ ਨਾ ਕਰੋ। ਚਲੋ, ਅਡਵਾਨੀ ਹੋਰੀ ਪਾਕਿਸਤਾਨ ਚਲੇ ਗਏ। ਪਾਕਿਸਤਾਨ ਦੇ ਵਿੱਚ ਜਾ ਕੇ ਮੁਹੰਮਦ ਅਲੀ ਜਿਨਾਹ ਦੇ ਹੱਕ ਵਿੱਚ ਉਹਨਾਂ ਨੇ ਕਹਿ ਦਿੱਤਾ ਕਿ ਸੈਕੂਲਰ ਲੀਡਰ ਸੀ। ਉਹ ਤੋਂ ਬਾਅਦ RSS ਖਫਾ ਹੋ ਗਈ। ਜਿਹੜੇ ਬੰਦੇ ਨੇ ਭਾਰਤੀ ਜਨਤਾ ਪਾਰਟੀ ਬਣਾਈ ਸੀ ਉਹਦਾ ਫਾਊਂਡਰ ਪ੍ਰੈਜੀਡੈਂਟ ਸੀ ਜਨਸੰਘ ਤੋਂ ਬਾਅਦ ਜਨਤਾ ਪਾਰਟੀ ਦੇ ਵਿੱਚੋਂ ਆ ਕੇ, ਉਸ ਬੰਦੇ ਨੂੰ ਲਾਂਭੇ ਕਰਤਾ ਅਤੇ ਫਿਰ ਬਣਾਇਆ ਕਿਹਨੂੰ ਪ੍ਰਧਾਨ ਮੰਤਰੀ ਦਾ ਕੈਂਡੀਡੇਟ, ਚਿਹਰਾ ਕਿਹਨੂੰ ਬਣਾਇਆ? ਉਹ ਬਣਾਇਆ ਨਰਿੰਦਰ ਮੋਦੀ ਸਾਹਿਬ ਨੂੰ। ਅਤੇ ਨਰਿੰਦਰ ਮੋਦੀ ਸਾਹਿਬ ਨੇ ਅੱਜ ਕੱਲ੍ਹ ਉਹਨਾਂ ਦੀ ਹਾਲਤ ਕੀ ਕੀਤੀ ਹੋਈ ਹੈ। ਤੁਸੀਂ ਆ ਰਾਮ ਮੰਦਿਰ ਦਾ ਉਦਘਾਟਨ ਹੋਣਾ ਸੀ, ਉਸ ਵੇਲੇ ਦੇਖੋ ਕਿ ਜਿਹੜੇ ਬੰਦੇ ਨੇ ਰੱਥ ਯਾਤਰਾ ਕੱਢੀ ਸੀ, ਉਹ ਰੱਥ ਯਾਤਰਾ ਦੇ ਵਿੱਚ ਜਿਹੜਾ ਰੱਥ ਯਾਤਰਾ ਦਾ ਲੀਡਰ ਸੀ ਅਡਵਾਨੀ, ਅਤੇ ਉਸ ਰੱਥ ਯਾਤਰਾ ਦੇ ਵਿੱਚ ਨਾਲ ਸਹਿ ਮਤਲਬ ਜਿਹੜਾ ਹੈਗਾ ਯਾਤਰੀ, ਉਹ ਹੁੰਦੇ ਸੀ ਮੁਰਲੀ ਮਨੋਹਰ ਜੋਸ਼ੀ। ਨਾ ਜੀ, ਮੁਰਲੀ ਮਨੋਹਰ ਜੋਸ਼ੀ ਤਾਂ ਲੀਡਰ ਸੀ ਨਾ, ਇਹ ਸਾਥੀ ਜਿਹੜੇ ਨਾਲ ਵਿੱਚ ਬੈਠੇ ਹੁੰਦੇ ਹੈ, ਨਰਿੰਦਰ ਮੋਦੀ ਵੀ ਨਾਲ ਹੀ ਹੁੰਦੇ ਸੀ ਜੀ। ਨਰਿੰਦਰ ਮੋਦੀ ਨਾਲ ਹੁੰਦੇ ਸੀ, ਉਹਨਾਂ ਦੀ ਬਦੌਲਤੀ ਜੇ ਆਪਾਂ ਦੇਖੀਏ ਜਿਹੜੀ ਉਹਨਾਂ ਨੇ ਮੂਵਮੈਂਟ ਖੜੀ ਕੀਤੀ,
ਉਹੀ ਮੂਵਮੈਂਟ ਜਿਹੜੀ ਹੈ ਬਾਬਰੀ ਮਸਜਿਦ ਦੀ ਢਹਿ ਢੇਰੀ ਦਾ ਕਾਰਨ ਬਣੀ ਹੈ ਅਤੇ ਉਸੇ ਮੂਵਮੈਂਟ ਦੇ ਜ਼ਰੀਏ ਜਿਹੜਾ ਹੈਗਾ ਅੱਜ ਐਡਾ ਵੱਡਾ ਉੱਥੇ ਮੰਦਰ ਬਣਿਆ ਹੋਇਆ। ਪਰ ਕਿਹਾ ਜਾਂਦਾ ਜੋ ਅਖਬਾਰਾਂ 'ਚ ਖਬਰਾਂ ਆਈਆਂ ਕਹਿੰਦੇ ਜਿਹੜੇ ਟਰੱਸਟ ਵਾਲੇ ਸੀ ਮੰਦਰ ਟਰੱਸਟ ਵਾਲੇ ਉਹ ਚਲੇ ਗਏ ਇਨਵੀਟੇਸ਼ਨ ਦੇਣ ਵਾਸਤੇ, ਮੁਰਲੀ ਮਨੋਹਰ ਜੋਸ਼ੀ ਨੂੰ ਵੀ ਦੇ ਤਾ, ਅਡਵਾਨੀ ਸਾਹਿਬ ਨੂੰ ਵੀ ਦੇ ਤਾ, ਅਤੇ ਜਦੋਂ ਪਤਾ ਲੱਗਿਆ ਤਾਂ ਕਹਿੰਦੇ ਨਾਲ ਦੀ ਨਾਲੇ ਉਹਨਾਂ ਨੂੰ ਕੱਢੀਆਂ ਅੱਖਾਂ ਵੀ ਤੁਸੀਂ ਇਹ ਕੀ ਕੀਤਾ। ਅਤੇ ਉਹਨਾਂ ਨੇ ਉਸੇ ਵੇਲੇ ਬਿਆਨ ਦੇ ਤਾ ਵੀ ਅਡਵਾਨੀ ਜੀ ਨੂੰ ਸੱਦਾ ਪੱਤਰ ਜ਼ਰੂਰ ਦਿੱਤਾ ਪਰ ਉਹਨਾਂ ਦੀ ਉਮਰ ਵਡੇਰੀ ਹੈ, ਇਸ ਕਰਕੇ ਜੋਸ਼ੀ ਜੀ ਨੂੰ ਅਤੇ ਅਡਵਾਨੀ ਜੀ ਨੂੰ ਕਿਹਾ ਕਿ ਤੁਸੀਂ ਨਾ ਹੀ ਆਇਓ, ਖਿਆਲ ਰੱਖੋ ਆਪਦੀ ਸਿਹਤ ਦਾ। ਅਤੇ ਉਹ ਹੁਣ ਉਹਨਾਂ ਦੀ ਘਰੇ ਬੈਠਿਆਂ ਦੀ ਹਾਲਤ ਕੀ ਹੋਣੀ ਹੈ, ਇਹ ਤਾਂ ਉਹਨਾਂ ਦੀ ਹੈ। ਨਿਤਿਨ ਗਡਕਰੀ ਕਿੰਨਾ ਕੰਪੀਟੈਂਟ ਆਦਮੀ ਹੈ, ਜੇ ਅੱਜ ਆਪਾਂ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਸੜਕਾਂ ਦਾ ਜਾਲ ਦੇਖੀਏ, ਇਹ ਕਿਹਦੀ ਦੇਣ ਹੈ? ਨਿਤਿਨ ਗਡਕਰੀ ਦੀ, ਭਾਵੇਂ ਉਹ ਭਾਰਤੀ ਜਨਤਾ ਪਾਰਟੀ 'ਚ ਹੈ। ਸੋਬਰ ਲੀਡਰ ਦੇ ਤੌਰ ਦੇ ਉੱਤੇ ਜਿਹੜਾ ਬੰਦਾ ਬੀਜੇਪੀ ਦਾ ਪ੍ਰੈਜੀਡੈਂਟ ਵੀ ਰਿਹਾ ਉਹ ਰਾਜਨਾਥ ਸਿੰਘ ਹੈ। ਰਾਜਨਾਥ ਸਿੰਘ ਨੂੰ ਕੌਣ ਪੁੱਛਦਾ? ਇਹ ਸਾਰੇ ਲੀਡਰਾਂ ਦੇ ਤੁਸੀਂ ਪੁੱਛ ਲਓ, ਸਿਰਫ ਦੋ ਬੰਦੇ ਹੈ, ਹਮ ਦੋ ਹਮਾਰੇ ਦੋ, ਉਹ ਦੋ ਹੀ ਹੈ ਬਸ ਜੀ।